ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪ੍ਰਾਈਮ ਟਾਈਮ ਦੀ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਜ਼ਮਾਨਤ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਜ਼ਦੂਰ ਆਗੂ ਨੌਂਦੀਪ ਕੋਰ ਉਸ ਦੇ ਵਿਰੁੱਧ ਦਰਜ ਤੀਜੀ ਐਫਆਈਆਰ 'ਚੋਂ ਜ਼ਮਾਨਤ ਦੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਨੌਂਦੀਪ ਨੂੰ ਅੱਜ ਹੀ ਕਰਨਾਲ ਜੇਲ੍ਹ ਦੇ ਵਿੱਚੋਂ ਰਿਹਾਅ ਕਰਾ ਲਿਆ ਜਾਵੇਗਾ। ਸੋ ਦੋਸਤੋ ਤੁਹਾਡੀਆਂ ਦੁਆਵਾਂ ਦੇ ਸਦਕਾ ਸਾਡੀ ਭੈਣ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੀ ਹੈ ਜੀ ਦੋ ਸ਼ਬਦ ਭੈਣ ਦੇ ਵਾਸਤੇ ਜ਼ਰੂਰ ਲਿਖਿਓ। ਕੈਪਟਨ ਅਮਰਿੰਦਰ ਸਿੰਘ ਦੇ ਲੰਚ ਤੋਂ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਨੇ ਛੇੜੀ ਨਵੀਂ ਚਰਚਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੇ ਗਏ ਲੰਚ ਵਿੱਚੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਨੇ ਨਵੀਂ ਚਰਚਾ ਛੇੜ ਦਿੱਤੀ ਆ ਸਿੱਧੂ ਸਿਰਫ ਇਸ ਸੱਦੇ ਤੋਂ ਹੀ ਨਾਰ ਨਾਦਾਰਦ ਰਹੇ ਸਗੋਂ ਉਹਨਾਂ ਵੱਲੋਂ ਆਮ ਚੋਣਾਂ ਵਿੱਚ ਕਾਂਗਰਸ ਦੀ ਬੰਪਰ ਜਿੱਤ ਤੇ ਧਾਰੀ ਚੁੱਪਨੇ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਹਿੱਲਜੁਲ ਪੈਦਾ ਕਰ ਦਿੱਤੀ ਆ ਉਂਝ ਪੰਜਾਬ ਕਾਂਗਰਸ ਦੇ ਇਨਚਾਰਜ ਹਰੀਸ਼ रावत ਦੇ ਯਤਨਾਂ ਤੋਂ ਬਾਅਦ ਕੈਪਟਨ ਸਿੱਧੂ ਸਬੰਧਾਂ ਦੇ ਵਿੱਚ ਤਲਕੀ ਜ਼ਰੂਰ ਕੱਟੀ ਸੀ ਇਸੇ ਦਾ ਨਤੀਜਾ ਹੈ ਕਿ ਦੋਵੇਂ ਲੀਡਰਾਂ ਵਿਚਾਲੇ ਲੰਚ ਦੇ ਬਹਾਨੇ ਗੱਲਬਾਤ ਹੋਈ ਪਰ ਹੁਣ ਮੁੜ ਸਿੱਧੂ ਦੀ ਗੈਰ ਹਾਜ਼ਰੀ ਨੇ ਸਵਾਲ ਖੜੇ ਕਰ ਦਿੱਤੇ ਹਨ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਤੇ ਸੰਸਦਾਂ ਨੂੰ ਖਾਣੇ ਤੇ ਸੱਦਿਆ ਸੀ ਆਪਣੀ ਪੋਤੀ ਸਹਿਰ ਇੰਦਰਕੌਰ ਦਾ ਵਿਆਹ ਤੇ ਇਸ ਵਿਆਹ ਤੋਂ ਪਹਿਲਾਂ ਕੈਪਟਨ ਵੱਲੋਂ ਪੰਜਾਬ ਦੇ ਸਾਰੇ ਮੰਤਰੀਆਂ ਵਿਧਾਇਕਾਂ ਤੇ ਸੰਸਦਾਂ ਨੂੰ ਵੀਰਵਾਰ ਨੂੰ ਲੰਚ ਤੇ ਬੁਲਾਇਆ ਗਿਆ ਸੀ ਮੁੱਖ ਮੰਤਰੀ ਦੇ ਸਿਸਵਾਸਤਿਤ ਫਾਰਮ ਹਾਊਸ ਤੇ ਇਸ ਸਮਾਗਮ ਵਿੱਚ ਨਵਜੂਤ ਸਿੱਧੂ ਨਹੀਂ ਪੁੱਜੇ ਜਦਕਿ ਕੈਪਟਨ ਦੇ ਵਿਰੋਧੀ ਕਹੇ ਜਾਣ ਵਾਲੇ ਬਾਜਵਾ ਇਸ ਵਿੱਚ ਹਾਜ਼ਰੀ ਭਰ ਕੇ ਸਾਰਿਆਂ ਨੂੰ ਹੈਰਾਨ ਕਰ ਗਏ ਮੋਗਾ ਤੋਂ ਅੰਡਾਨੀ ਢੰਡਾਰ ਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਸੀ ਇਸੇ ਦੌਰਾਨ ਅੱਜ ਸਵੇਰੇ 2.5 ਲੱਖ ਟਨ ਸਮਰੱਥਾ ਵਾਲੀ ਅਡਾਨੀ ਆਧੁਨਿਕ ਤਕਨੀਕ ਭੰਡਾਰ ਦੇ ਵਿੱਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ BKJ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਬਲਦੀਪ ਸਿੰਘ ਜੀਰਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਰੇਲ ਪਟੜੀ ਉੱਤੇ ਬੈਠ ਕੇ ਰੋਕ ਦਿੱਤੀ ਜਥੇਬੰਦੀ ਦੀ ਅਗਵਾਈ ਹੇਠ ਇੱਥੇ ਅਨਾਜ ਭੰਡਾਰ ਅੱਗੇ 150ਵੇਂ ਦਿਨ ਪੱਕਾ ਧਰਨਾ ਚੱਲ ਰਿਹਾ ਇਸ ਮੌਕੇ ਜਥੇਬੰਦੀ ਦੇ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਹੈ ਕਿ ਉਹਨਾਂ ਨੇ ਜਦੋਂ ਰੇਲਾ ਰੋਕੀਆਂ ਹਨ ਤਾਂ ਉਹਨਾਂ ਦੀ ਜਥੇਬੰਦੀ ਖਿਲਾਫ ਗਲਤ ਪ੍ਰਚਾਰ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਨੇ ਕੋਈ ਮਾਲ ਗੱਡੀ ਨਹੀਂ ਰੋਕੀ ਜਥੇਬੰਦੀ ਨੂੰ ਰੇਲ ਰੋਕਣ ਬਾਰੇ ਸੰਯੁਕਤ ਕਿਸਾਨ ਮੋਰਚਾ ਦਾ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਕੋਈ ਨਵੀਂ ਹਦਾਇਤ ਨਹੀਂ ਮਿਲੀ ਇਸ ਮੌਕੇ ਬੀਕੇਜੂ ਕ੍ਰਾਂਤੀਕਾਰੀ ਆਗੂ ਬਲਦੇਵ ਜੀਰਾ ਨੇ ਕਿਹਾ ਹੈ ਕਿ ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਉੱਤੇ ਸੂਚਨਾ ਮਿਲਣ ਉੱਤੇ ਅੰਡਾਨੀ ਪਲਾਂਟ ਚ ਕਣਕ ਦੀ ਲੋਡ ਮਾਲ ਗੱਡੀ ਨੂੰ ਰੋਕਿਆ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਮਾਲ ਗੱਡੀ ਨਾ ਰੋਕਣ ਦਾ ਫੈਸਲਾ ਹੋਇਆ ਪਰ ਜਥੇਬੰਦੀ ਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ 8 ਮਾਰਚ ਦੀ ਥਾਂ ਹੁਣ 5 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਣ 8 ਮਾਰਚ ਦੀ ਥਾਂ ਤੇ 5 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਸਰਕਾਰ ਨੇ ਬਜਟ ਦੀ ਤਰੀਕ ਬਦਲਣ ਦਾ ਫੈਸਲਾ ਵਿਰੋਧੀ ਧਿਰ ਦੀ ਮੰਗ ਤੋਂ ਬਾਅਦ ਲਿਆ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇ ਤਾਂ ਬਜਟ ਤੇ ਬਹਿਸ ਕਰਨ ਦਾ ਸਮਾਂ ਨਹੀਂ ਮਿਲੇਗਾ ਜਿਸ ਤੋਂ ਬਾਅਦ ਸਰਕਾਰ ਨੇ ਬਜਟ ਦੀ ਤਰੀਕ ਬਦਲਣ ਦਾ ਫੈਸਲਾ ਲਿਆ ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਜਲਾਸ 1 ਮਾਰਚ ਤੋਂ ਸ਼ੁਰੂ ਹੋ ਰਿਹਾ ਜਿਹੜਾ 10 ਮਾਰਚ ਤੱਕ ਚੱਲੇਗਾ ਕਪੂਰਥਲਾ ਤੋਂ ਖਬਰ ਆ ਰਹੀ ਹੈ ਜੀ ਖਾਣਾ ਖਾਣ ਤੋਂ ਬਾਅਦ ਪੀਟੀਯੂ ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ ਹਸਪਤਾਲ ਦੇ ਵਿੱਚ ਦਾਖਲ ਕਪੂਰਥਲਾ ਵਿਖੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦੇ 40 ਤੋਂ ਵੱਧ ਵਿਦਿਆਰਥੀਆਂ ਦੀ ਸਿਹਤ ਵਿਗੜਨ ਦੀ ਖਬਰ ਮਿਲੀ ਆ ਮਿਲੀ ਜਾਣਕਾਰੀ ਦੇ ਮੁਤਾਬਕ ਉਕਤ ਵਿਦਿਆਰਥੀਆਂ ਨੇ ਹੋਸਟਲ ਦਾ ਖਾਣਾ ਖਾਦਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਅਚਾਨਕ ਬੁਰੀ ਤਰ੍ਹਾਂ ਵਿਗੜ ਗਈ ਸਿਹਤ ਖਰਾਬ ਹੋਣ ਕਰਕੇ ਸਾਰਿਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਜਟ اجلاس ਤੋਂ ਪਹਿਲਾਂ ਪੰਜਾਬ ਦੇ ਵੱਡੇ ਕੈਬਨਟ ਮੰਤਰੀ ਸੁਖਬਿੰਦਰ ਸਰਕਾਰੀਆਂ ਨੂੰ ਹੋਇਆ ਕਰੋਨਾ 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ اجلاس ਤੋਂ ਪਹਿਲਾਂ ਕੈਬਨਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਕਰੋਨਾ ਦੀ ਰਿਪੋਰਟ ਵਿੱਚ ਆ ਗਏ ਹਨ ਤੇ ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਬੰਗਾਲ ਦੇ ਸਮੇਤ ਪੰਜ ਸੂਬਿਆਂ ਦੇ ਵਿੱਚ ਚੋਣਾਂ ਵੀ ਤਰੀਕਾਂ ਦਾ ਐਲਾਨ ਜਾਨੂ ਕਦੋਂ ਕਿੱਥੇ ਕਿੰਨੇ ਪੜਾ ਦੇ ਵਿੱਚ ਹੋਣਗੀਆਂ ਚੋਣਾਂ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸ਼ਾਮ 4:30 ਵਜੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਮੁਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਨੂੰ ਧਿਆਨ ਵਿੱਚ ਰੱਖਦਿਆਂ ਚੋਣਾਂ ਹੋਣਗੀਆਂ ਪੱਛਮੀ ਬੰਗਾਲ ਦੇ ਵਿੱਚ 8 ਪੜਾਵਾਂ ਵਿੱਚ ਚੋਣਾਂ ਹੋਣਗੀਆਂ ਅਸਾਮ ਵਿੱਚ 3 ਕੇਰਲ ਅਤੇ ਤਾਮਿਲਨਾਡੂ ਦੇ ਵਿੱਚ 1-1 ਪੜਾ ਦੇ ਵਿੱਚ ਚੋਣਾਂ ਹੋਣਗੀਆਂ ਅਸਮ ਚੋਂ ਪਹਿਲੀ ਪੜਾ ਦੀ VOTING 27 ਮਾਰਚ ਦੂਜੇ ਪੜਾ ਦੀ VOTING 1 ਅਪ੍ਰੈਲ ਅਤੇ ਤੀਜੇ ਪੜਾ ਦੀ VOTING 6 ਅਪ੍ਰੈਲ ਨੂੰ ਹੋਵੇਗੀ ਕੇਰਲ ਵਿੱਚ 6 ਅਪ੍ਰੈਲ ਨੂੰ VOTING ਹੋਵੇਗੀ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ ਮੁੱਖ ਚੋਣ ਕਮਿਸ਼ਨਰ ਸੁਨੀਲ ਰੂੜਾ ਦੇ ਮੁਤਾਬਕ ਕੇਰਲ ਵਿੱਚ ਪਹਿਲੀਆਂ 21498 ਚੋਣ ਕੇਂਦਰ ਹਨ ਹੁਣ ਇੱਥੇ ਚੋਣ ਕੇਂਦਰਾਂ ਦੀ ਗਿਣਤੀ 40771 ਹੋਵੇਗੀ ਪੱਛਮੀ ਬੰਗਾਲ ਦੇ ਵਿੱਚ 1011119 ਚੋਣ ਕੇਂਦਰ ਹੋਣਗੇ ਅਸਾਮ ਦੇ ਵਿੱਚ 24890 ਹੋਣਗੇ ਤੇ ਇਹਨਾਂ ਨੂੰ ਵਧਾ ਕੇ 33530 ਕਰ ਦਿੱਤਾ ਤੇ ਤਾਮਿਲਨਾਡੂ ਦੇ ਵਿੱਚ ਹੁਣ 88940 ਕੇਂਦਰਾਂ ਤੇ ਹੋਵੇਗੀ ਪੰਜਾਬ ਚ ਕੁੱਲ 824 ਵਿਧਾਨ ਸਭਾ ਪੰਜ ਸੂਬਿਆਂ ਦੇ ਕੁੱਲ <Kul> 824 ਵਿਧਾਨ ਸਭਾ ਖੇਤਰਾਂ ਦੀਆਂ ਚੋਣਾਂ ਹੋਣਗੀਆਂ 18.68 ਕਰੋੜ ਵੋਟਰ ਤਾਮਿਲਨਾਡੂ ਪੱਛਮੀ ਬੰਗਾਲ ਕੇਰਲ ਅਸਾਮ ਅਤੇ ਪਾਂਡੂਚੇਰੀ ਦੇ 2.5 ਲੱਖ ਵੋਟਰ ਕੇਂਦਰ ਤੋਂ ਕੇਂਦਰਾਂ ਤੇ ਜਿਹੜੀਆਂ ਵੋਟਾਂ ਪਾਉਣਗੇ ਕਰੋਨਾ ਕਾਰਨ VOTING ਦਾ ਸਮਾਂ 1 ਘੰਟਾ ਵਧਾਇਆ ਗਿਆ ਹੈ ਚੋਣਾਂ ਦੌਰਾਨ CRPF ਦੀ ਤਾਇਨਾਤੀ ਸੁਨਿਸ਼ਚਿਤ ਕੀਤੀ ਜਾਵੇਗੀ ਸਾਰੇ ਮਹੱਤਵਪੂਰਨ ਸੰਵੇਦਨਸ਼ੀਲ VOTING ਕੇਂਦਰਾਂ ਦੀ ਪਛਾਣ ਕੀਤੀ ਗਈ ਹੈ ਵੱਡੀ ਗਿਣਤੀ ਤੋਂ CRPF ਤਾਇਨਾਤ ਕੀਤੀ ਜਾਵੇਗੀ ਕਿੰਨਾ ਸੂਬਿਆਂ ਦੇ ਵਿੱਚ ਚੋਣਾ ਹੋਣੀ ਆ ਦੋਸਤੋ ਪੱਛਮੀ ਬੰਗਾਲ ਅਸਾਮ ਕੇਰਲ ਤਾਮਿਲਨਾਡੂ ਅਤੇ ਕੇਂਦਰ ਸਾਸਤ ਪ੍ਰਦੇਸ਼ਾਂ ਦੇ ਵਿੱਚ ਹੋਣਗੀਆਂ ਦੋਸਤੋ ਤੁਹਾਨੂੰ ਕੀ ਲੱਗਦਾ ਬੀਜੇਪੀ ਕਿਸੇ ਸੂਬੇ 'ਚ ਸਰਕਾਰ ਬਣਾਵੇਗੀ ਜਾਂ ਨਹੀਂ ਤੁਸੀਂ ਕਮੈਂਟ ਸੈਕਸ਼ਨ 'ਚ ਯੈਸ ਜਾਂ ਨੋ ਲਿਖ ਸਕਦੇ ਹੋ ਕੱਪੜੇ ਦੇ ਦੁਕਾਨ ਤੋਂ ਲੱਖਾਂ ਦੇ ਸੂਟ ਗਠੜੀ 'ਚੋਂ ਬਨ ਕੇ ਰਫੂ ਚੱਕਰ ਹੋਏ ਚੋਰ ਬੁੱਢਲਾਡਾ ਵਿੱਚ ਚੂੰਗੀ バス ਸਟੈਂਡ ਰੋਡ ਤੇ ਅੱਜ ਸਵੇਰੇ ਮੂਹ ਹਨੇਰੇ ਕੁਝ ਅਣਪਛਾਤੀਆਂ ਜਨਾਨੀਆਂ ਅਤੇ ਮਰਦਾਂ ਵੱਲੋਂ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖ ਰੁਪਏ ਦੇ ਸੂਟ ਗਠੜੀ ਦੇ ਵਿੱਚ ਬੰਦ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਮਿਲਿਆ 71 ਕੀਤੀ ਗਈ ਜਾਣਕਾਰੀ ਦੇ ਅਨੁਸਾਰ ਰਾਜ ਕਲਾਥ ਹਾਊਸ ਦੇ ਮੁੱਖ ਸ਼ਟਰ ਨੂੰ ਤੋੜ ਦਿੱਤਾ ਗਿਆ ਉਕਤ ਚੋਰਾਂ ਦੇ ਵੱਲੋਂ ਮਹਿੰਗੇ ਮਹਿੰਗੇ ਕੱਪੜੇ ਇਕੱਠੇ ਕਰਕੇ ਉਹਨਾਂ ਨੂੰ ਗਠੜੀਆਂ ਦੇ ਵਿੱਚ ਬੰਨ ਕੇ 550 ਦੇ ਕਰੀਬ ਸੂਟਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਜਿਹੜਾ 3 ਲੱਖ ਦੇ ਕਰੀਬ ਉਹਨਾਂ ਦਾ ਜਿਹੜਾ ਰੇਟ ਬਣਦਾ ਹੈ ਤੇ ਸੂਚਨਾ ਮਿਲਨ ਤੇ ਪੁੱਜੇ ਡੀਐਸਪੀ ਬੁੱਢਲਾਟਾ ਪ੍ਰਭ ਜੋਤਕੌਰ ਬੇਲਾ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਚਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਪੁਲਿਸ ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਨ ਦੇ ਵਿੱਚ ਲੱਗੀ ਹੋਈ ਹੈ। ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਖੇਤੀਬਾੜੀ ਕਾਨੂੰਨ ਰੱਦ ਨਾ ਹੋਣ ਦੇ ਕਾਰਨ ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ਪਿੰਦ ਜੈਮਲ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਕੇਂਦਰ ਸਰਕਾਰ ਵੱਲੋਂ ਲਾਗੂ ਕਾਨੂੰਨਾਂ ਨੂੰ ਵਾਪਸ ਲੈਣ ਦੇ ਵਿਰੋਧ ਵਿੱਚ ਇਹ ਸਾਹਮਣੇ ਆਇਆ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਬੇਟਾ ਸਤਵੰਤ ਸਿੰਘ ਕਿਸਾਨੀ ਜਥੇਬੰਦੀਆਂ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਲਹਿਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਸੀ ਤੇ 24 ਫਰਵਰੀ ਨੂੰ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਵਾਪਸ ਆਇਆ ਪਿੰਡ ਦੀ ਪੰਚਾਇਤ ਵਿੱਚ ਬੈਠ ਕੇ ਉਹ ਕਹਿ ਰਹੇ ਸਨ ਕਿ ਮੋਦੀ ਸਰਕਾਰ ਬਿਨਾਂ ਕਿਸੇ ਕਾਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਔਰਤਾਂ ਨੂੰ ਸੜਕਾਂ ਤੇ ਆਉਣ ਦੀ ਜੱਜ ਦੇ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਲੱਕੜ ਦਾ ਮਕੈਨਿਕ ਹੋਣ ਦੇ ਕਰਕੇ ਨਾ ਤਾਂ ਉਸ ਦਾ ਕੋਈ ਕੰਮ ਚੱਲ ਰਿਹਾ ਸੀ ਨਾ ਹੀ ਜ਼ਮੀਨ ਜਾਇਦਾਦ ਰਹੀ ਪਰ ਖੇਤੀ ਕਾਨੂੰਨ ਰੱਦ ਹੋਣ ਕਰਕੇ ਉਸ ਨੇ ਰਾਤ ਨਾ ਹੋਣ ਦੇ ਕਰਕੇ ਉਸ ਨੇ ਰਾਤ ਘਰੇ ਪੱਖੇ ਨਾਲ ਲੈ ਕੇ ਜਿਹੜਾ ਫਾਹਾ ਤੇ ਖੁਦਕੁਸ਼ੀ ਕਰ ਲਈ। ਸਿੱਖਿਆ ਵਿਭਾਗ ਦੀ ਪਹਿਲ ਕਦਮੀ ਪ੍ਰੀ ਪ੍ਰਾਇਮਰੀ ਹੁਣ ਐਲ ਕੇਜੀ ਤੇ ਯੂ ਕੇਜੀ ਦੇ ਨਾਲ ਜਾਣੀ ਜਾਵੇਗੀ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਚੱਲ ਰੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਨਾਮ ਬਦਲ ਕੇ ਪ੍ਰੀ ਪ੍ਰਾਇਮਰੀ 1 ਤੋਂ ਬਦਲ ਕੇ ਐਲ ਕੇਜੀ ਅਤੇ ਪ੍ਰੀ ਪ੍ਰਾਇਮਰੀ 2 ਦਾ ਬਦਲ ਕੇ ਯੂ ਕੇਜੀ ਰੱਖ ਦਿੱਤਾ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਬੱਚਿਆਂ ਦੇ ਮਾਪੇ ਅਤੇ ਸਕੂਲ ਅਧਿਆਪਕਾਂ ਦੇ ਵੱਲੋਂ ਜਮਾਤਾਂ ਦਾ ਨਾਮ ਬਦਲਣ ਦਾ ਸੁਝਾਅ ਪ੍ਰਾਪਤ ਹੋਇਆ ਸੀ ਕੁੰਡਲੀ ਬਾਰਡਰ ਤੇ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਕਿਸਾਨ ਦੀ ਮੌਤ ਕਿਸਾਨੀ ਸੰਘਰਸ਼ ਵਿੱਚ ਕੁੰਡਲੀ ਬਾਰਡਰ ਤੇ ਧਰਨੇ ਵਿੱਚ ਥਾਣਾ ਪਧੌਸ ਦੇ ਅਧੀਨ ਪਿੰਡ ਖੇੜੀ ਜੱਟਾਂ ਦੇ 18 ਸਾਲਾ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਪੁੱਤਰ ਜਸਵਿੰਦਰ ਸਿੰਘ ਨਵਜੋਤ ਸਿੰਘ ਤੇ ਜਿਹੜਾ ਦਿੱਲੀ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ ਪੁਲਿਸ ਨੇ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੇ ਅਤੇ ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਚ ਲਾਣ ਰੂਪਨਗਰ ਐਸਐਸਪੀ ਸ਼੍ਰੀ ਅਖਿਲ ਚੌਧਰੀ ਨੇ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਟ੍ਰੈਫਿਕ ਪੁਲਿਸ ਨੇ ਅੱਜ ਰੋਪੜ ਦੇ ਵਿੱਚ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਤੇ ਮਾਸਕ ਨਾ ਪਾਉਣ ਵਾਲਿਆਂ ਦੇ ਕਰੀਬ 1.5 ਦਰਜਣ ਚਲਾਨ ਕੱਟ ਕੇ ਹੱਥ ਵਿੱਚ ਫੜਾ ਦਿੱਤੇ ਤੇ ਜਿਹੜੇ ਮਕੈਨਿਕ ਸਲੈਂਸਰ ਬਦਲਣ ਦਾ ਕੰਮ ਕਰਦੇ ਹਨ ਉਹਨਾਂ ਦੇ ਖਿਲਾਫ ਵੀ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੌਦੀਪ ਕੌਰ ਦੀ ਜਮਾਨਤ ਤੇ ਹਰ ਸਿਮਰਤ ਕੌਰ ਬਾਦਲ ਦਾ ਟਵੀਟ ਉਮੀਦ ਹੈ ਕਿ ਨੌਦੀਪ ਨੂੰ ਜਲਦੀ ਹੀ ਇਨਸਾਫ ਮਿਲੇਗਾ। ਨੌਦੀਪ ਦੀ ਹਾਲ ਵਿੱਚ ਹੋਈ ਜਮਾਨਤ ਤੋਂ ਬਾਅਦ ਕਈ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਇਸ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਰ ਸਿਮਰਤ ਕੌਰ ਬਾਦਲ ਤੇ ਆਪਣੇ ਟਵੀਟ ਤੇ ਮਜ਼ਦੂਰ ਕਾਰਕੁਨ ਨੌਦੀਪ ਦੀ ਰਿਹਾਈ ਵਧੀਆ ਦੱਸੀ ਤੇ ਉਹਨਾਂ ਨੇ ਟਵੀਟ ਕਰਦਿਆ ਕਿ 45 ਦਿਨਾਂ ਬਾਅਦ ਦਲਿਤ ਕਾਰਕੁਨ ਨੌਦੀਪ ਦੀ ਰਿਹਾਈ ਸੰਭਵ ਹੋਈ ਹੈ ਜਲਦੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇਗੀ ਫਿਰੋਜ਼ਪੁਰ ਚੂ ਦੇਸ਼ ਵਿਆਪੀ ਹੜਤਾਲ ਦੀ ਕਾਲ ਦਾ ਕੋਈ ਅਸਰ ਨਹੀਂ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਰਹੇ ਖੁੱਲੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਸ ਦੇ ਵੱਲੋਂ ਅੱਜ ਦੇਸ਼ ਵਿਆਪੀ ਹੜਤਾਲ ਕੀਤੀ ਗਈ ਪਰ ਇਸ ਕਾਲ ਦਾ ਅਸਰ ਫਿਰੋਜ਼ਪੁਰ ਸ਼ਹਿਰ ਅਤੇ ਸ਼ੌਣੀ ਵਿੱਚ ਕੀਤੇ ਵੀ ਦਿਖਾਈ ਨਹੀਂ ਦਿੱਤਾ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਖੁੱਲੇ ਰਹੇ ਤੇ ਲੋਕਾਂ ਦੀ ਚਾਲਪੈੜ ਵੀ ਦੇਖਣ ਨੂੰ ਮਿਲੀ ਸ਼ਰਾਰਤੀ ਅਨਸਰਾਣੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਭੰਨ ਤੋੜ ਸਤਲੁਜ ਦਰਿਆ ਦੇ ਕਿਨਾਰੇ ਡੀਸੀ ਦਫ਼ਤਰ ਰੋਪੜ ਦੇ ਸਾਹਮਣੇ ਕਰੋੜਾ ਰੁਪਏ ਦੀ ਲਾਗਤ ਨਾਲ ਬਣਾਏ ਗਏ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਸਰਕਾਰ ਤੇ ਵੱਲੋਂ ਅਣਦੇਖੀ ਲਗਾਤਾਰ ਜਾਰੀ ਆ ਆਂ ਦੇਖੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਦੇ ਵੱਲੋਂ ਤੋੜਫੋੜ ਕੀਤੀ ਗਈ ਸ਼ਰਾਰਤੀ ਅਨਸਰਾਂ ਵੱਲੋਂ ਬੁੱਤ ਦੀਆਂ ਤਲਵਾਰਾਂ ਤੋੜ ਦਿੱਤੀਆਂ ਗਈਆਂ ਜਿਸ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਰੋਸ ਸਾਤ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਬਾਗ ਦੇ ਵਿੱਚ ਸੈਰ ਕਰਨ ਵਾਲੇ ਲੋਕ ਇਸ ਬਾਗ ਦੀ ਸਹੂਲਤ ਜਿਹੜੀ ਮਿਲ ਸਕੇ ਜੇਲ੍ਹ ਚੋਂ ਸੁਰੱਖਿਆ ਦੇਣ ਬਾਰੇ ਅਦਾਲਤ 'ਚੋਂ ਲਈ ਅਰਜੀ ਲਈ ਦੀਪ ਵਾਪਸ ਲਈ ਦੀਪ ਸਿੱਧੂ ਨੇ 26 ਜਨਵਰੀ ਨੂੰ ਲਾਲ ਕਿਲੇ ਅੰਦਰ ਹਿੰਸਾ ਪੜਕਾਉਣ ਦੇ ਦੋਸ਼ 'ਚ ਅੰਦਰ ਹੋਏ ਦੀਪ ਸਿੱਧੂ ਨੇ ਜੇਲ੍ਹ ਦੇ ਅੰਦਰ ਸੁਰੱਖਿਆ ਪ੍ਰਦਾਨ ਕਰਨ ਵਰੇ ਅਦਾਲਤ ਵਿੱਚ ਲਾਈ ਆਪਣੀ ਅਰਜੀ ਵਾਪਸ ਲੈ ਲਈ ਆ ਦੀਪ ਸਿੱਧੂ ਨੇ ਜੇਲ੍ਹ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਅਰਜੀ ਦਾਖਲ ਕੀਤੀ ਸੀ ਅੱਜ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਨਾਗਰ ਦੀ ਅਦਾਲਤ ਵਿੱਚ ਪੇਸ਼ ਹੋਏ ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਅਦਾਲਤ ਨੂੰ ਦੱਸਦੇ ਹੋਏ ਉਕਤ ਅਰਜ਼ੀ ਵਾਪਸ ਲੈ ਲਈ ਕਿ ਦੀਪ ਸਿੱਧੂ ਨੂੰ ਜੇਲ੍ਹ ਦੇ ਅੰਦਰ ਵੱਖਰੇ ਸੈੱਲ ਦੇ ਵਿੱਚ ਰੱਖਿਆ ਗਿਆ ਹੈ ਦੀਪ ਸਿੱਧੂ ਵੱਲੋਂ ਦਾਇਰ ਇੱਕ ਹੋਰ ਅਰਜ਼ੀ ਜਿਸ ਵਿੱਚ ਉਸਨੇ ਆਪਣੇ ਖਿਲਾਫ ਦਰਜ ਕੇਸਾਂ ਵਿੱਚ ਨਿਰਪੱਖ ਜਾਂਚ ਦੀ ਮੰਗ ਅਤੇ ਕੁਝ ਡਾਟਾ ਰਿਕਾਰਡ ਤੇ ਲਿਆਉਣ ਦੀ ਮੰਗ ਰੱਖੀ ਸੀ ਬਾਰੇ ਵੀ ਫੈਸਲਾ ਅੱਜ ਹੀ ਹੋਣਾ ਸੀ ਪੈਟਰੋਲੀਅਮ ਮੰਤਰੀ ਤਰਮਿੰਦਰ ਪ੍ਰਧਾਨ ਦਾ ਬੇਤੁੱਕਾ ਬਿਆਨ ਕਿਹਾ ਠੰਡ ਵਧਨ ਕਰਕੇ ਵਧੇ ਹਨ ਐਲਪੀਜੀ ਗੈਸ ਸਿਲੰਡਰ ਦੇ ਭਾ ਕੇਂਦਰੀ ਪੈਟਰੋਲੀਅਮ ਮੰਤਰੀ ਤਰਮਿੰਦਰ ਪ੍ਰਧਾਨ ਨੇ ਬੇਤੁੱਕਾ ਬਿਆਨ ਦਿੱਤਾ ਦੋ ਦਿਨਾਂ ਦੇ ਵਾਰਾਨਸੀ ਦੌਰੇ ਤੇ ਹਨ ਇਸ ਦੌਰਾਨ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਜੀ ਸਰਦੀ ਬਹੁਤ ਆ ਜਿਸ ਕਰਕੇ ਹੁਣ ਕੀਮਤਾਂ ਵਿੱਚ ਵਾਧਾ ਹੋਇਆ ਜੇ ਸਰਦੀਆਂ ਘਟਦੀਆਂ ਹਨ ਤਾਂ ਕੀਮਤਾਂ ਵੀ ਘਟ ਜਾਣਗੀਆਂ ਪਰ ਦੋਸਤੋ ਹੁਣ ਤਾਂ ਗਰਮੀ ਆ ਗਈ ਆ ਕੇਂਦਰੀ ਪੈਟਰੋਲੀਅਮ ਮੰਤਰੀ ਪ੍ਰਧਾਨ ਤਰਮਿੰਦਰ ਨੇ ਜੋ ਕਿ ਸ਼ੁੱਕਰਵਾਰ ਨੂੰ ਵਾਰਾਨਸੀ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਨੇ ਕਿਹਾ ਹੈ ਕਿ ਗੈਸ ਦੀਆਂ ਕੀਮਤਾਂ ਵਿੱਚ ਵਾਦੇ ਦਾ ਕਾਰਨ ਠੰਡ ਹੈ ਗੈਸ ਦੀ ਕੀਮਤ ਵਿੱਚ ਵਾਧਾ ਹੋਇਆ ਜਿਵੇਂ ਮੌਸਮ ਬਦਲੇਗਾ ਕੀਮਤਾਂ ਘਟ ਜਾਣਗੀਆਂ ਦੂਜੇ ਪਾਸੇ ਜਦੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਪੁੱਛੇ ਗਏ ਤਾਂ ਕੋਈ ਜਵਾਬ ਨਹੀਂ ਦਿੱਤਾ ਦੱਸਣਯੋਗ ਹੈ ਕਿ ਤਰਮਿੰਦਰ ਪ੍ਰਧਾਨ ਸ਼ੁੱਕਰਵਾਰ ਨੂੰ ਵਿਸ਼ਵਨਾਥ ਮੰਦਰ ਕਾਲਪੈਰਵ ਮੰਦਰ ਦੇ ਦਰਸ਼ਨ ਪੂਜਾ ਕਰਕੇ ਮਿਰਜ਼ਾਪੁਰ ਦੇ ਲਈ ਰਵਾਨਾ ਹੋਏ ਸਨ ਮਾਲ ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ ਮਈ ਚ ਹੋਵੇਗੀ ਲਿਖਤੀ ਪ੍ਰੀਖਿਆ ਰਮਨ ਬਹਿਲ ਮਾਲ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ 1152 ਅਸਾਮੀਆਂ ਲਈ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਹੁਣ ਬੋਰਡ ਦੇ ਵੱਲੋਂ ਇਨ੍ਹਾਂ ਅਸਾਮੀਆਂ ਲਈ 2 ਮਈ 2021 ਦਿਨ ਵੀਰਵਾਰ ਨੂੰ ਲਿਖਤੀ ਪ੍ਰੀਖਿਆ ਲਈ ਜਾਵੇਗੀ ਉਕਤ ਜਾਣਕਾਰੀ ਅੱਜ ਇੱਥੇ ਐਸਐਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਦੇ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਜੀ 234000 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਹੈ ਇਹ ਭਰਤੀ ਦੋ ਪ੍ਰਕਿਰਿਆਵਾਂ ਦੇ ਵਿੱਚ ਮੁਕੰਮਲ ਹੋਵੇਗੀ ਉਹਨਾਂ ਨੇ ਦੱਸਿਆ ਕਿ ਪਹਿਲੀ ਪ੍ਰੀਖਿਆ ਵਿੱਚ ਕੈਟਾਗਰੀ ਵਾਈਜ਼ ਅਸਾਮੀਆਂ ਦੀ ਗਿਣਤੀ ਉੱਪਰਲੀ ਮੈਰਿਟ ਵਿੱਚ ਆਉਣ ਵਾਲੇ 10 ਗੁਣਾ ਉਮੀਦਵਾਰ ਤੇ ਦੂਸਰੇ ਚਰਨ ਦੀ ਪ੍ਰੀਖਿਆ ਲਈ ਜਾਵੇਗੀ। ਸਰਕਾਰੀ ਸਕੂਲਾਂ ਦੇ ਮੁੱਖੀ ਮਾਪਿਆਂ ਨੂੰ ਪ੍ਰੇਰਿਤ ਕਰਨ ਲਈ ਖੁਦ ਪਹੁੰਚ ਰਹੇ ਹਨ ਬੱਚਿਆਂ ਦੇ ਘਰਾਂ ਤੱਕ। ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਅਗਲੇ ਵਿਦਿਅਕ ਸੈਸ਼ਨ ਲਈ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਮਾਪਿਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅਤੇ ਸ਼੍ਰੀਮਤੀ ਜਸਬੀਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਅਗਲੇ ਵਿਦਿਅਕ ਸੈਸ਼ਨ ਦੇ ਦਾਖਲਿਆਂ ਲਈ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਸਕੂਲਾਂ ਦੇ ਅਧਿਆਪਕਾਂ ਵੱਲੋਂ ਟੀਮਾਂ ਬਣਾ ਕੇ ਬੱਚਿਆਂ ਦੇ ਘਰਾਂ ਵਿੱਚ ਪਹੁੰਚਦੇ ਆ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚੋਂ ਪੜਾਉਣ ਦੇ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਹਨ। ਸੂਰਤ ਤੋਂ ਜਿੱਤ ਤੋਂ ਬਾਅਦ ਬੋਲੇ ਕੇਜਰੀਵਾਲ ਗੁਜਰਾਤ ਦੇ ਵਿੱਚ ਪਹਿਲੀ ਵਾਰ ਕਿਸੇ ਨੇ ਭਾਜਪਾ ਨੂੰ ਦਿਖਾਈ ਅੱਖ ਗੁਜਰਾਤ ਦੇ ਵਿੱਚ ਸਥਾਨਿਕ ਚੋਣਾਂ ਵਿੱਚ ਵਿਤਰ ਪ੍ਰਦਰਸ਼ਨ ਕਰਨ ਤੇ ਸੂਰਤ ਨਗਰ ਨਿਗਮ ਵਿੱਚ ਮੁੱਖ ਵਿਰੋਧੀ ਪਾਰਟੀ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਚੁਣੇ ਜਾਣ ਤੋਂ ਬਾਅਦ ਪਾਰਟੀ ਦੇ ਕੌਮੀ ਕਨਵੀਨਰ ਸੂਰਤ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਪਾਰਟੀ ਨੇ ਭਾਜਪਾ ਨੂੰ ਅੱਖ ਦਿਖਾਈ ਉਹਨਾਂ ਨੇ ਕਿਹਾ ਭਾਜਪਾ ਨੇ 25 ਸਾਲਾਂ ਤੋਂ ਗੁਜਰਾਤ ਦੇ ਕੁਝ ਹੋਰ ਨਾ ਪਾਰਟੀਆਂ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਗੁਜਰਾਤ ਦੇ ਵਿੱਚ 25 ਸਾਲਾਂ ਤੋਂ ਸੱਤਾ ਤੇ ਕਾਬਜ਼ਾ ਇਸ ਲਈ ਨਹੀਂ ਕਿ ਉਹ ਮਹਾਨ ਪਾਰਟੀ ਉਹਨਾਂ ਨੇ ਕਿਹਾ ਭਾਜਪਾ ਨੇ ਇੱਥੇ ਲੋਕਾਂ ਨੂੰ ਵੰਡ ਰੱਖਿਆ ਤੇ ਉਹਨਾਂ ਤੇ ਦਬਾਅ ਵੀ ਰੱਖਿਆ ਹੋਇਆ ਹੈ। ਨੌਜਵਾਨ ਦਿਵਸ ਤੇ ਟਿੱਕਰੀ ਬਾਰਡਰ ਪਹੁੰਚੇ ਰਵਿੰਦਰ ਗਰੇਵਾਲ। ਅੱਜ ਕਿਸਾਨਾਂ ਦੇ ਵੱਲੋਂ ਨੌਜਵਾਨ ਦਿਵਸ ਮਨਾਇਆ ਜਾ ਰਿਹਾ ਇਸ ਮੌਕੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਟਿੱਕਰੀ ਬਾਰਡਰ ਤੇ ਪਹੁੰਚੇ ਕਿਸਾਨਾਂ ਨੇ ਖਾਸ ਕਰਕੇ ਨੌਜਵਾਨਾਂ ਨੂੰ ਸੰਘਰਸ਼ ਦੌਰਾਨ ਸੰਜਮ ਅਤੇ ਇਕਤਾ ਬਣਾਈ ਰੱਖ ਕੇ ਜੰਗ ਜਿੱਤਣ ਦੀ ਅਪੀਲ ਕੀਤੀ। ਹਵਾਈ ਯਾਤਰਾ ਕਰਨ ਵਾਲੇ ਲੋਕਾਂ ਲਈ ਵੱਡੀ ਖਬਰ ਹੁਣ ਸਫ਼ਰ ਕਰਨਾ ਹੋਵੇਗਾ ਸਸਤਾ ਜਾਣੋ ਕਿਵੇਂ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਕੋਲੇ ਸਮਾਨ ਨਹੀਂ ਹੋਵੇਗਾ ਉਹਨਾਂ ਯਾਤਰੀਆਂ ਨੂੰ ਹੁਣ ਟਿਕਟਾਂ ਦੀ ਕੀਮਤ ਤੇ ਛੂਟ ਮਿਲੇਗੀ ਇਸ ਸੰਬੰਧੀ ਇੱਕ ਸਰਕੂਲਰ ਸ਼ੁੱਕਰਵਾਰ ਨੂੰ ਸਿਵਲ 에ਵੀਏਸ਼ਨ ਦੇ ਡਾਇਰੈਕਟਰ ਜਨਰਲ ਦੁਆਰਾ ਜਾਰੀ ਕੀਤਾ ਗਿਆ ਇਸ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਯਾਤਰੀ ਬਿਨਾਂ ਸਮਾਨ ਤੋਂ ਹਵਾਈ ਯਾਤਰਾ ਕਰਦੇ ਹਨ ਉਹਨਾਂ ਨੂੰ 에ਅਰਲਾਈਨਸ ਰਾਹੀਂ ਟਿਕਟਾਂ ਤੇ ਕੀਮਤਾਂ ਵਿੱਚ ਭਾਰੀ ਛੋਟ ਦਿੱਤੀ ਜਾਵੇਗੀ DGCA ਨੇ ਇੱਕ ਸਰਕੂਲਰ ਜਾਰੀ ਕੀਤਾ ਜਿਸ ਨਾਲ ਕੰਪਨੀਆਂ ਨੂੰ ਬਿਨਾਂ ਕਿਸੇ ਸਮਾਨ ਦੇ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਟਿਕਟ ਵਿੱਚ ਛੋਟ ਦੇਣ ਦੀ ਆਗਿਆ ਦਿੱਤੀ ਗਈ। ਮੁੱਖ ਮੰਤਰੀ ਦਾ ਸੁਪਨਾ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਓਮ ਪ੍ਰਕਾਸ਼ ਸੋਨੀ ਸੂਬਾ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਸਹੀ ਪ੍ਰੇਰਣਾ ਤੇ ਖੇਡਾਂ ਵਿੱਚ ਅੱਗੇ ਲਿਆਉਣ ਲਈ ਸਪੋਰਟ ਸਕਿੱਟਾ ਵੰਡਣ ਦੇ ਉਪਰਾਲੇ ਸਦਕਾ ਪੰਜਾਬ ਦੇ ਵਿੱਚ 25000 ਮਾਫ਼ ਕਰਿਓ ਦੋਸਤੋ ਸਿਰਫ 2500 ਸਪੋਰਟ ਸਕਿੰਡਾ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸਦੇ ਚਲਦਿਆਂ ਅੰਮ੍ਰਿਤਸਰ ਦੇ ਮਾਲ ਰੋਡ ਵਿੱਚ ਸਕੂਲ ਵਿੱਚ ਸੂਬਾ ਪੱਧਰ ਸਮਾਗਮ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਯੂਥ ਕਲੱਬਾਂ ਨੂੰ 200 ਦੇ ਕਰੀਬ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਗੱਲਬਾਤ ਕਰਦਿਆਂ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਯੋਗ ਅਗਵਾਈ ਚ ਪੰਜਾਬ ਯੂਥ ਡਵੈਲਪਮੈਂਟ ਬੋਰਡ ਦੇ ਵੱਲੋਂ ਅੰਮ੍ਰਿਤਸਰ ਦੇ ਸਪੋਰਟਸ ਕਲੱਬਾਂ ਨੂੰ 200 ਦੇ ਕਰੀਬ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਹਨ ਉਨ੍ਹਾਂ ਨੇ ਕਿਹਾ ਜੀ ਕੈਪਟਨ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕਰ ਰਹੇ ਨੇ ਪ੍ਰੇਰਿਤ ਕਰਨ ਦੇ ਲਈ ਪੂਰੇ ਪੰਜਾਬ ਵਿੱਚ 2500 ਦੇ ਕਰੀਬ ਕਿੱਟਾ ਵੰਡਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਯੂਪੀ ਪੁਲਿਸ ਦੇ ਲਈ ਨੋਟੀਫਿਕੇਸ਼ਨ ਜਾਰੀ 9534 ਅਹੁਦਿਆਂ ਉੱਤੇ ਹੋਵੇਗੀ ਭਰਤੀ ਦੋਸਤੋ ਜੇਕਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਯੂਪੀ ਪੁਲਿਸ ਦੇ ਵਿੱਚ ਤਾਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਕਮੈਂਟ ਸੈਕਸ਼ਨ 'ਚ ਯੈਸ ਲਿਖ ਦਿਓ ਸਿੱਧੀ ਇੰਸਪੈਕਟਰ ਦੋਸਤੋ ਭਰਤੀ ਰੱਖਣੇ 9000 ਸਤਾਈ ਇੰਸਪੈਕਟਰ ਉੱਤਰ ਪ੍ਰਦੇਸ਼ ਪੁਲਿਸ ਭਰਤੀ ਬੋਰਡ ਨੇ ਸਭ ਇੰਸਪੈਕਟਰ ਪੁਰਸ਼ ਮੈਲਾ ਪਲਾਟੂਨ ਕਮਾਂਡਰ ਪੀਏਸੀ ਅਤੇ ਫਾਇਰ ਅਫਸਰ ਦੇ ਅਹੁਦਿਆਂ ਉੱਤੇ ਭਰਤੀ ਦੇ ਲਈ ਆਨਲਾਈਨ ਫਾਰਮ ਦਿੱਤੇ ਹਨ ਇੱਛਕ ਉਮੀਦਵਾਰ ਉੱਤਰ ਪ੍ਰਦੇਸ਼ ਪੁਲਿਸ ਦੀ ਵੈਧ ਅਧਿਕਾਰਤ ਵੈਬਸਾਈਟ ਯੂਪੀਪੀ ਬੀਬੀਪੀ dotgov.in ਦੇ ਉੱਤੇ ਵਿజిਟ ਕਰਕੇ ਵਿਸਤ੍ਰਿਤ ਨੋਟੀਫਿਕੇਸ਼ਨ ਵੇਖ ਸਕਦੇ ਨੇ ਅਪਲਾਈ ਕਰ ਸਕਦੇ ਨੇ ਇਸ ਲਈ ਭਰਤੀ ਅਭਿਆਨ ਦੇ ਮਾਦੀਮ ਦੇ ਨਾਲ ਪੁਲਿਸ ਵਿਭਾਗ ਵਿੱਚ ਕੁੱਲ 9534 ਅਹੁਦੇ ਭਰੇ ਜਾਣਗੇ ਜਿਸ ਦੇ ਲਈ ਸਾਰੀ ਜਾਣਕਾਰੀ ਨੋਟੀਫਿਕੇਸ਼ਨ ਦੇ ਵਿੱਚ ਮੌਜੂਦ ਹੈ ਇੰਸਪੈਕਟਰ ਦੇ 9027 ਨੇ ਪਲਟੂਨ ਕਮਾਂਡਰ ਦੇ 485 ਨੇ ਤੇ ਪੀਏਸੀ ਫਾਇਰ ਅਫਸਰ 23 ਤੇ ਕੁੱਲ ਅਹੁਦੇ 9534 ਨੇ ਉਮੀਦਵਾਰ ਦੇ ਕੋਲੇ ਸਾਇੰਸ ਸਟਰੀਮ ਤੋਂ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਜਦਕਿ ਹੋਰ ਅਹੁਦਿਆਂ ਦੇ ਲਈ ਕਿਸੇ ਵੀ ਸਟਰੀਮ ਤੋਂ ਬੈਚਲਰ ਡਿਗਰੀ ਦੇ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ ਫਾਰਮ ਅਪਲਾਈ ਕਰਨ ਦੀ ਸੀਮਾ 28 ਸਾਲ ਤੋਂ ਘੱਟ ਹੋਣੀ ਚਾਹੀਦੀ ਉਮਰ ਰਾਖਵੀ ਕੈਟਾਗਰੀ ਦੇ ਉਮੀਦਵਾਰਾਂ ਨੂੰ ਨਿਧਾਰਤ ਛੋਟ ਹੈ ਕਿਸੇ ਕਿੱਲੇ ਤੋਂ ਘੱਟ ਨਹੀਂ ਹੈ ਐਂਟੀ ਲੀਆ ਜਾਨੋ ਕਿੰਨੀ ਸਖਤ ਸੁਰੱਖਿਆ ਰਹਿੰਦੀ ਆ ਮੁਕੇਸ਼ ਅੰਬਾਨੀ ਦੇ ਘਰ ਦੋਸਤੋ ਤੁਹਾਡੇ ਨਾਲ ਕਰ ਰਿਹਾ ਖਬਰ ਸਾਂਝੀ ਰਲਾਈਐਂਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ 24 ਘੰਟੇ ਜੈਡ ਪਲੱਸ ਸਿਕਿਉਰਿਟੀ ਵਿੱਚ ਕਵਰ ਰਹਿੰਦੇ ਨੇ ਵੀਰਵਾਰ ਨੂੰ ਉਹਨਾਂ ਦੇ ਮੋਬਾਈਲ ਸਥਿਤ ਬੰਗਲੇ ਐਂਟੀਲੀਆ ਤੋਂ ਕਰੀਬ 400 ਮੀਟਰ ਦੂਰੀ ਇੱਕ ਸ਼ੱਕੀ ਖੜੀਕਾਰ ਮਿਲੀ ਸ਼ੱਕ ਹੋਣ ਦੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਅੰਦਰ ਜਿਲੇਟਨ ਵਿਸਫੋਟਕ ਪਦਾਰਥ ਦੀਆਂ ਵੀ ਛੜਾ ਮਿਲੀਆਂ ਇੱਕ ਭਰੀ ਹੋਈ ਚਿੱਠੀ ਵੀ ਮਿਲੀ ਜਿਸ ਵਿੱਚ ਪੂਰੇ ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਗੱਲ ਕਹੀ ਗਈ ਆ ਅੰਬਾਨੀ ਸਾਊਥ ਮੁੰਬਈ ਦੇ ਜਿਸ ਇਲਾਕੇ ਵਿੱਚ ਰਹਿੰਦੇ ਹਨ ਉੱਥੇ ਇੱਕ ਤੋਂ ਇੱਕ ਮਸ਼ਹੂਰ ਹਸਤੀਆਂ ਦੇ ਅਸ਼ਿਆਨੇ ਹਨ ਉਹਨਾਂ ਦਾ ਬੰਗਲਾ ਵੀ ਕਿਸੇ ਕਿਲੇ ਤੋਂ ਘੱਟ ਨਹੀਂ ਜਿੱਥੇ ਪ੍ਰਾਈਵੇਟ ਸਿਕਿਉਰਿਟੀ ਗਾਰਡ ਹਮੇਸ਼ਾ ਤਣਾਇਤ ਰਹਿੰਦੇ ਹਨ ਅੰਬਾਨੀ ਨਾਲ ਚੱਲਦਾ ਜੀ 55 ਸੁਰੱਖਿਆ ਕਰਮੀਆਂ ਦਾ ਕੇਰਾ ਤੇ ਅੰਬਾਨੀ ਨੂੰ ਚੁਕਾਉਣਾ ਪੈਂਦਾ ਆਪਣੀ ਸਿਕਿਉਰਿਟੀ ਦਾ ਬਿੱਲ ਸੋ ਦੋਸਤੋ ਮੋਦੀ ਦੇ ਨਾਲੋਂ ਵੱਧ ਜਿਹੜੀ Z+ ਸਿਕਿਉਰਿਟੀ ਅੰਬਾਨੀ ਨੂੰ ਦਿੱਤੀ ਗਈ ਹੈ ਤੇ ਅੰਬਾਨੀ ਆਪਣੇ ਸੂਬੇ ਦੇ ਵਿੱਚ ਹੁੰਦਿਆ ਤਾਂ ਪੂਰਾ ਸੁਰੱਖਿਆ ਕੇਰਾ ਉਹਨਾਂ ਦੇ ਨਾਲ ਹੀ ਹੁੰਦਾ ਬਾਹਰ ਜਾਣ ਤੇ ਕੁਝ ਕਮਾਂਡੋਜ਼ ਉਹਨਾਂ ਦੇ ਨਾਲ ਚੱਲਦੇ ਹਨ ਸਬੰਧਤ ਸੂਬਾ ਬਾਕੀ ਸੁਰੱਖਿਆ ਦੇ ਇੰਤਜ਼ਾਮ ਕਰਦਾ ਹੈ 24 ਘੰਟੇ ਮਿਲਣ ਵਾਲੀ ਸੁਰੱਖਿਆ ਦਾ ਖਰਚਾ ਮੁਕੇਸ਼ ਅੰਬਾਨੀ ਨੂੰ ਖੁਦ ਚੱਕਣਾ ਪੈਂਦਾ ਹੈ ਸੋ 16 ਲੱਖ ਰੁਪਏ ਜਿਹੜਾ ਹਰ ਮਹੀਨੇ ਉਹ ਖਰਚਾ ਕਰਦੇ ਨੇ ਕੱਲਾ ਸਿਕਿਉਰਿਟੀ ਦੇ ਵਿੱਚ ਤੇ ਐਕਸਟਰਾ ਪ੍ਰੋਟੈਕਸ਼ਨ ਵੀ ਦੇ ਨਾਲ ਚੱਲਦੇ ਨੇ ਸੋ ਐਨਐਸਜੀ ਜਿਹਦੇ ਰਿਟਾਇਰਡ ਕਰਮਚਾਰੀਆਂ ਤੋਂ ਇਲਾਵਾ ਫੌਜ ਦੇ ਪੈਰਾਮਿਲਿਟਰੀ ਫੋਰਸਸ ਦੇ ਰਿਟਾਇਰਡ ਜਵਾਨ ਵੀ ਉਹਨਾਂ ਦੇ ਨਾਲ ਹੁੰਦੇ ਨੇ ਤੇ ਪ੍ਰਾਈਵੇਟ ਹੱਥਾਂ ਦੇ ਵਿੱਚ ਐਂਟਿਲਿਆ ਦੀ ਸਿਕਿਉਰਿਟੀ ਸੋ ਮੈਸ਼ਨ ਐਂਟਿਲਿਆ ਦੁਨੀਆ ਦੀ ਸਭ ਤੋਂ ਮਹਿੰਗੀਆਂ ਛਿਆਨਿਆਂ ਦੇ ਵਿੱਚੋਂ ਇੱਕ ਹੈ ਤੇ 4 ਲੱਖ ਸਕੁਆਰ ਫੁੱਟ ਦੇ ਵਿੱਚ ਫੈਲੀ ਇਮਾਰਤ ਸਾਊਥ ਮੁੰਬਈ ਦੇ ਅਲਾਰਟ ਮਾਉਂਟ ਰੋਡ ਦੇ ਉੱਤੇ ਸਥਿਤ ਅਤੇ 27 ਮੰਜ਼ਲਾ ਇਸ ਘਰ ਦੇ ਹਰ ਫਰੋਲ ਤੇ ਕਰੀਬ ਦੋ ਮੰਜ਼ਲਾਂ ਦੇ ਬਰਾਬਰ ਹੈ ਤੇ ਡਿਜ਼ਾਈਨ ਅਜਿਹਾ ਕਿ ਰੈਕਟਰ ਸਕੇਲ ਉੱਤੇ 83% ਦਾ ਪੁਚਾਲ ਵੀ ਆਸਾਨੀ ਦੇ ਨਾਲ ਇਹ ਚੱਲ ਸਕਦੇ ਆ। ਦੇਸ਼ ਦਾ ਪ੍ਰਧਾਨ ਮੰਤਰੀ ਮਜਬੂਰ ਨਹੀਂ ਮਜ਼ਬੂਤ ਆ ਰਾਜਨਾਥ ਸਿੰਘ ਨੇ ਵੱਡਾ ਬਿਆਨ ਦਿੱਤਾ ਜੀ ਪੱਛਮੀ ਬੰਗਾਲ ਦੇ ਬਲੂਰ ਘਾਟ ਦੇ ਵਿੱਚ ਸ਼ੁੱਕਰਵਾਰ ਨੂੰ ਭਾਜਪਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਵੱਡੀ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਪੱਛਮੀ ਬੰਗਾਲ ਵਿੱਚ ਸਾਡੀਆਂ ਰੈਲੀਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਰਹੇ ਹਨ ਦਰਸਾਉਂਦਾ ਹੈ ਕਿ ਰਾਜ ਦੇ ਲੋਕ ਮਮਤਾ ਦੀਦੀ ਨੂੰ ਹਟਾਉਣ ਅਤੇ ਭਾਜਪਾ ਨੂੰ ਲਿਆਉਣ ਦਾ ਮਨ ਬਣਾ ਰਹੇ ਹਨ